ਸਸ਼ਕਲ ਤੁਸੀਂ ਜੁੜੇ ਹੋਈਓ ਕੈਨੇਡੀਅਨ ਸਾਧ ਦੇ ਨਾਲ ਮੈਂ ਹਾਂ ਸ਼ੀਤਲ ਠਾਕੁਰ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਸਪੈਸ਼ਲ ਰਿਪੋਰਟ ਤੇ ਅੱਜ ਦੀ ਸਪੈਸ਼ਲ ਰਿਪੋਰਟ ਦੇ ਵਿੱਚ ਗੱਲਬਾਤ ਕੀਤੀ ਜਾਵੇਗੀ ਸਿਹਤ ਨੂੰ ਲੈ ਕੇ ਕਿਉਂਕਿ ਜਦੋਂ ਸਿਹਤ ਦੀ ਗੱਲ ਆਉਂਦੀ ਹੈ ਤੇ ਉਦੋਂ ਯਾਦ ਆਂਦਾ ਹੈ ਸਾਰਾ ਕਿਸੇ ਨੂੰ ਰੱਬ ਤੇ ਡਾਕਟਰ ਰੱਬ ਤੋਂ ਬਾਅਦ ਦੂਜਾ ਦਰਜਾ ਡਾਕਟਰ ਨੂੰ ਦਿੱਤਾ ਜਾਂਦਾ ਹੈ ਤੇ ਜੇਕਰ ਡਾਕਟਰ ਹੀ ਨਕਲੀ ਹੋਵੇ ਤੇ ਫੇਰ ਮਰੀਜ਼ ਦਾ ਕੀ ਬਣੇਗਾ ਇਹ ਵਿਚਾਰਨ ਵਾਲੀ ਗੱਲ ਹੈ ਗੱਲ ਕਰ ਰਹੇ ਹਾਂ ਹਿਮਾਚਲ ਪ੍ਰਦੇਸ਼ ਦੀ ਜਿੱਥੇ ਸ਼ਿਮਲਾ ਦੇ ਲਾਗੇ ਤਾਂ ਅਗੇ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਨਕਲੀ ਡਾਕਟਰ ਦੀਆਂ ਡਿਗਰੀਆਂ ਗਈਆਂ ਨੇ 6000 ਦੇ ਲਗਭਗ ਕਰੀਬ ਜੜੀਆਂ ਨਕਲੀ ਸਰਟੀਫਿਕੇਟ ਡਾਕਟਰਾਂ ਦੇ ਤਿਆਰ ਕੀਤੇ ਗਏ ਉਹ ਫੜੇ ਗਏ ਨੇ ਸਟੈਂਪਾ ਤਿਆਰ ਕੀਤੀਆਂ ਗਈਆਂ ਉਹ ਫੜੇ ਗਏ ਨੇ ਸਿਰਫ ਡਾਕਟਰਾਂ ਦੀਆਂ ਹੀ ਨਕਲੀ ਡਿਗਰੀਆਂ ਨਹੀਂ ਬਲਕਿ ਇੰਜੀਨੀਅਰਾਂ ਦੀਆਂ ਵੀ ਨਕਲੀ ਡਿਗਰੀਆਂ ਜੜੀਆਂ ਉੱਥੇ ਤਿਆਰ ਕੀਤੀਆਂ ਜਾ ਰਹੀਆਂ ਸਨ ਸੋ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਦੇ ਪੂਰੇ ਅਸੀਂ ਮੁਲਕ ਨੂੰ ਪੂਰੇ ਵਡੇਰੇ ਦੇਸ਼ ਨੂੰ ਅਸੀਂ ਨਕਲੀ ਡਾਕਟਰ ਦੇ ਰਹੇ ਹਾਂ ਨਕਲੇ ਇੰਜੀਨੀਅਰ ਦੇ ਰਹੇ ਹਾਂ ਤੇ ਆਉਣ ਵਾਲੇ ਸਮਾਜ ਦਾ ਕੀ ਬਣੇਗਾ ਸੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਦੇ ਵਿੱਚ ਹਿਮਾਚਲ ਸਿੱਖਿਆ ਬੋਰ ਦਾ ਜਿਹੜੇ ਤਾਰ ਨੇ ਉਹ ਜੁੜੇ ਹੋਏ ਨਜ਼ਰ ਆ ਰਹੇ ਨੇ ਹੁਣ ਇਹਦੀ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਪੜਤਾਲ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ ਇਹਦੇ ਪਿੱਛੇ ਆਖਰਕਾਰਨ ਕੀ ਸੀਗਾ ਪਰ ਗੱਲ ਇਹ ਹੈ ਕਿ ਨਕਲੀ ਡਾਕਟਰ ਤਿਆਰ ਕਰਨਾ ਜਾਂ ਫਿਰ ਨਕਲੀ ਇੰਜੀਨੀਅਰ ਤਿਆਰ ਕਰਨਾ ਕਿਉਂ ਸਾਡੇ ਸਮਾਜ ਦੇ ਲਈ ਇੱਕ ਚੰਗਾ ਸੁਨੇਹਾ ਹੈ ਇਹ ਕਿਉਂ ਨਹੀਂ ਸੋਚਿਆ ਜਾਂਦਾ ਕਿ ਜਿਹੜਾ ਅਸੀਂ ਅੱਜ ਨਕਲੀ ਡਾਕਟਰ ਤਿਆਰ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਹੀ ਬੱਚਿਆਂ ਦਾ ਇਲਾਜ ਕਰ ਸਕਦਾ ਹੈ ਤੁਹਾਡੇ ਹੀ ਘਰ ਦੇ ਵਿੱਚੋਂ ਮੁਰਤ ਉੜ ਕੇ ਉਹ ਬੰਦਾ ਤੁਹਾਡਾ ਹੀ ਕੋਈ ਬਣ ਕੇ ਆ ਸਕਦਾ ਹੈ ਤੇ ਫਿਰ ਤੁਹਾਡੇ ਬੱਚੇ ਦਾ ਜਾਂ ਫਿਰ ਤੁਹਾਡਾ ਜੇਕਰ ਉਹ ਇਲਾਜ ਕਰਨ ਵਾਸਤੇ ਆ ਜਵੇ ਤਾਂ ਤੁਹਾਡਾ ਕੀ ਬਣੇਗਾ ਕਿਉਂਕਿ ਅਸੀਂ ਕੋਈ ਵੀ ਕਰਮ ਕਰਨਾ ਤਾਂ ਸ਼ੁਰੂ ਕਰ ਦਿੰਨੇ ਆ ਪਰ ਉਹ ਕਰਮ ਮੁੜ ਤੂੜ ਕੇ ਸਾਡੇ ਤੇ ਹੀ ਪਏਗਾ ਇਹਦੇ ਬਾਰੇ ਸ਼ਾਇਦ ਅਸੀਂ ਵਿਚਾਰ ਨਹੀਂ ਕਰਦੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜੇਕਰ ਦੇਸ਼ ਦੇ ਵਿੱਚ ਨਕਲੀ ਡਿਗਰੀਆਂ ਤੇ ਦੁਆਰਾ ਡਾਕਟਰ ਤਿਆਰ ਹੁੰਦੇ ਨੇ ਨਕਲੀ ਡਿਗਰੀਆਂ ਦੇ ਦੁਆਰਾ ਇੰਜੀਨੀਅਰ ਬਣ ਕੇ ਤਿਆਰ ਹੁੰਦੇ ਨੇ ਤੇ ਆਉਣ ਵਾਲੇ ਸਮਾਜ ਦੇ ਵਿੱਚ ਸਾਡੇ ਆਉਣ ਵਾਲੇ ਸਮਾਜ ਦੇ ਭਵਿੱਖ ਦਾ ਕੀ ਬਣੇਗਾ ਸਾਡੀ ਆਉਣ ਵਾਲੀਆਂ ਪੀੜੀਆਂ ਦਾ ਕੀ ਬਣੇਗਾ ਜੇਕਰ ਇੱਕ ਮਰੀਜ਼ ਦਾ ਵਿਸ਼ਵਾਸ ਹੀ ਡਾਕਟਰਾਂ ਤੋਂ ਉੱਠ ਗਿਆ ਤਾਂ ਫੇਰ ਮਰੀਜ਼ ਆਪਣਾ ਲਾਜ ਕਰਨ ਲਈ ਕਿੱਥੇ ਜਾਏਗਾ ਜ਼ਰੂਰ ਕਮੈਂਟ ਕਰਕੇ ਦੱਸਣਾ ਸਾਡੇ ਪੇਜ ਦੇ ਉੱਤੇ ਸਪੈਸ਼ਲ ਰਿਪੋਰਟ ਤੇ ਸੀ ਮੈਂ ਤੁਹਾਡੇ ਨਾਲ ਤੇ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥੀ ਨਾਲ